ਦੇ ਸਟੂਡੈਂਟਸ ਵੈਲਕਮ ਅੱਜ ਦੀ ਵੀਡੀਓ ਦੇ ਵਿੱਚ ਆਪਣਾ ਟਾਪਿਕ ਹੈ ਸਟਾਕ ਰਜਿਸਟਰ ਅਸੀਂ ਇਹਦੇ ਵਿੱਚ ਗੱਲ ਕਰਾਂਗੇ ਕਿ ਸਟਾਕ ਰਜਿਸਟਰ ਕੀ ਹੁੰਦਾ ਹੈ ਤੇ ਇਹਨੂੰ ਕਿਸ ਤਰੀਕੇ ਨਾਲ ਮੇਨਟੇਨ ਕੀਤਾ ਜਾਂਦਾ ਹੈ ਸਟਾਕ ਰਜਿਸਟਰ ਆਰਟੀਕਲ ਜਿਹੜੇ ਰਸੀਵਡ ਆਰ ਥੈਨ ਐਂਟਰਡ ਇੰਟੂ ਦਾ ਸਟਾਕ ਰਜਿਸਟਰ ਜਿਹੜੇ ਵੀ ਅਸੀਂ ਆਰਟੀਕਲ ਚੀਜ਼ਾਂ ਖਰੀਦਦੇ ਹਾਂ ਉਹਨਾਂ ਨੂੰ ਉਹਨਾਂ ਦੀ ਜਿਹੜੀ ਐਂਟਰੀ ਹੈ ਉਹ ਕਿੱਥੇ ਪੈਂਦੀ ਹੈ ਸਟਾਕ ਰਜਿਸਟਰ ਦੇ ਵਿੱਚ ਸਟਾਕ ਰਜਿਸਟਰ ਆਫਟਰ ਥਰ receipt of the parts and materials it should be properly checked and entered into the stock register hun jeda vi asi material khareede hai koi vi asi samaan khareede hai ta onnu naal di naal check karke ohne jehdi entry ho stock register te pauni chahidi hai a proper record of uh, science parts is very important to check any article in any time it also facilitates in giving cons ਕੰਕ੍ਰੀਟ ਆਨਸਰਸ ਟੂ ਮੈਨੇਜਮੈਂਟ অর ਗਵਰਨਮੈਂਟ 杜ਰਿੰਗ ਆਡਿਟਿੰਗ ਹੁਣ ਜਦੋਂ ਸਾਡੇ ਕੋਲ ਜਿਹੜਾ ਸਟਾਕ ਰਜਿਸਟਰ ਰੈਡੀ ਕੀਤਾ ਹੋਏਗਾ ਤਾਂ ਕੋਈ ਵੀ ਇਨਸਪੈਕਸ਼ਨ ਆਉਂਦੀ ਹੈ ਆਡਿਟਿੰਗ ਦੇ ਲਈ ਜਾਂ ਅਸੀਂ ਗਵਰਨਮੈਂਟ ਨੂੰ ਮੈਨੇਜਮੈਂਟ ਨੂੰ ਜਾਂ ਕਿਸੇ ਹੋਰ ਨੂੰ ਜਿਹੜੀ ਅਥਾਰਟੀ ਹੈ ਕੋਈ ਉਹਨੂੰ ਰਿਪਲਾਈ ਕਰਨਾ ਹੈ ਤਾਂ ਅਸੀਂ ਈਜ਼ੀਲੀ ਉਹਦੀ ਹੈਲਪ ਦੇ ਨਾਲ ਕਰ ਸਕਦੇ ਹਾਂ ਦਾ ਟਾਈਪ ਆਫ ਰਜਿਸਟਰਸ which should be maintained in the science department ਹੁਣ ਅਸੀਂ ਇੱਥੇ ਗੱਲ ਕਰਾਂਏ ਸਬਜੈਕਟ ਦੇ ਵਿੱਚ ਸਾਇੰਸ ਜੋ ਤੁਹਾਡਾ ਕਿਸੇ ਹੋਰ ਜੇਕਰ ਸਬਜੈਕਟ ਨਾਲ ਸੰਬੰਧਿਤ ਤਾਂ ਤੁਸੀਂ ਇੱਥੇ ਉਹ ਚੇਂਜ ਕਰ ਲੈਣਾ ਤੇ ਉਹ ਅਕੋਰਡਿੰਗ ਇੱਥੇ ਜਿਹੜੇ ਥੋੜੇ ਬਹੁਤ ਆਰਟੀਕਲ ਨੇ ਉਹ ਅੱਗੋਂ ਚੇਂਜ ਹੋ ਜਾਣਗੇ ਸਟਾਕ ਰਜਿਸਟਰ ਫਾਰ ਨੋਨ ਬ੍ਰੇਕੇਬਲ ਆਰਟੀਕਲਸ ਹੁਣ ਆਰਟੀਕਲਸ ਕਾਫੀ ਤਰ੍ਹਾਂ ਦੇ ਹੁੰਦੇ ਨੇ ਕੁਝ ਬ੍ਰੇਕੇਬਲ ਹੁੰਦੇ ਨੇ ਨੋਨ ਬ੍ਰੇਕੇਬਲ ਹੁੰਦੇ ਨੇ ਕੁਝ ਕੰਜ਼ਿਊਮ ਹੋਣ ਵਾਲੇ ਹੁੰਦੇ ਨੇ ਤਾਂ ਉਹਦੇ ਅਕੋਰਡਿੰਗ ਅਸੀਂ ਸਟਾਕ ਰਜਿਸਟਰ ਕਿਵੇਂ-ਕਿਵੇਂ ਬਣਾਉਣਾ ਹੈ ਇਹ ਹੈ ਸਟਾਕ ਰਜਿਸਟਰ ਫਾਰ ਨੋਨ ਬ੍ਰੇਕੇਬਲ ਨੋਨ ਬ੍ਰੇਕੇਬਲ ਮੀਨਸ ਜਿਹੜੇ ਨਹੀਂ ਟੁੱਟਦੇ ਨੋਨ ਬ੍ਰੇਕੇਬਲ ਤੋਂ ਬਾਅਦ ਹੈ ਸਟਾਕ ਰਜਿਸਟਰ ਫਾਰ ਬ੍ਰੀਕੇਬਲ ਆਰਟੀਕਲਸ ਕੁਝ ਆਰਟੀਕਲ ਐਦਾਂ ਨੇ ਉਹਨਾਂ ਨੇ ਜਿਹੜੇ ਕਿ ਟੁੱਟ ਜਾਂਦੇ ਨੇ ਜਿਵੇਂ ਕਿ ਕੁਝ ਕੱਚ ਦੇ ਗਲਾਸ ਵਗੈਰਾ ਹੋਣਗੇ ਕੱਚ ਦੇ ਬੀਕਰ ਵਗੈਰਾ ਜਾਂ ਹੋਰ ਸਮਾਨ ਹੁੰਦਾ ਹੈ ਸਟਾਕ ਰਜਿਸਟਰ ਫਾਰ ਕੰਜ਼ਿਊਮੇਬਲ ਆਰਟੀਕਲ ਜਿਨ੍ਹਾਂ ਨੂੰ ਕੰਜ਼ਿਊਮ ਕਰ ਲਿਆ ਜਾਂਦਾ ਜਿਵੇਂ ਕੁਝ ਐਸਿਡ ਵਗੈਰਾ ਹੁੰਦੇ ਨੇ ਤੇ ਅਸੀਂ ਉਹਨਾਂ ਨੂੰ ਯੂਜ਼ ਕਰ ਲੈਂਦੇ ਆ ਤਾਂ ਉਹ ਖਤਮ ਹੋ ਜਾਂਦੀ ਹੈ ਨੈਕਸਟ ਇਜ਼ ਆਰਡਰ ਰਜਿਸਟਰ ਇੱਕ ਹੈ ਰਿਕੁਆਇਰਮੈਂਟ ਰਜਿਸਟਰ ਰਿਕੁਆਇਰਮੈਂਟ ਰਜਿਸਟਰ ਕੀ ਹੁੰਦਾ ਹੈ ਜਿਦੇ ਵਿੱਚ ਅਸੀਂ ਜਿਹੜੀ ਰਿਕੁਆਇਰਮੈਂਟ ਆ ਉਹ ਲਿਖਦੇ ਆ ਜਿਵੇਂ ਕਿ ਇਹਦੇ ਵਿੱਚੋਂ ਕੁਝ ਚੀਜ਼ਾਂ ਦੇਖੋ ਕੰਜ਼ਿਊਮ ਹੋ ਗਈਆਂ ਕੁਝ ਬ੍ਰੇਕ ਹੋ ਗਈਆਂ ਤਾਂ ਉਹਨਾਂ ਦਾ ਆਰਡਰ ਆਰਡਰ ਰਜਿਸਟਰ ਦੇ ਵਿੱਚ ਲਿਖਿਆ ਜਾਏਗਾ ਤੇ ਉਹਦੀ ਜਿਹੜੀ ਰਿਕੁਆਇਰਮੈਂਟ ਆ ਉਹ ਰਿਕੁਆਇਰਮੈਂਟ ਰਜਿਸਟਰ ਦੇ ਵਿੱਚ ਦਿਖੀ ਜਾਏਗੀ ਇੱਕ ਜਿਹੜਾ ਇਸ਼ੂ ਰਜਿਸਟਰ ਆ ਉਹ ਵੀ ਹੁੰਦਾ ਹੈ ਅਗਰ ਅਸੀਂ ਕਿਸੇ ਨੂੰ ਇਹਦੇ ਵਿੱਚੋਂ ਲੈਬੋਰਟਰੀ ਦੇ ਵਿੱਚੋਂ ਕੋਈ ਵੀ ਸਮਾਨ ਕਿਸੇ ਨੂੰ ਇਸ਼ੂ ਕੀਤਾ ਕਿਸੇ ਨੂੰ ਦਿੱਤਾ ਹੈ ਤਾਂ ਉਹਦਾ ਜਿਹੜਾ ਰਿਕਾਰਡ ਹੈ ਉਹਦੀ ਜਿਹੜੀ ਡਿਟੇਲ ਹੈ ਉਹ ਇਸ਼ੂ ਰਜਿਸਟਰ ਦੇ ਉੱਪਰ ਲਿਖੀ ਜਾਏਗੀ स्टॉक रजिस्टर फॉर नॉन ब्रेकेबल आर्टिकल्स इट इज आल्सो नोन एज परमानेंट स्टॉक रजिस्टर क्योंकि एक ਦੇ ਵਿੱਚ ਉਹ ਚੀਜ਼ਾਂ ਨੇ ਜਿਹੜੀਆਂ ਕਿ ਕਦੇ ਖਰਾਬ ਨਹੀਂ ਹੋਣਗੀਆਂ ਕਦੇ ਟੁੱਟਣਗੀਆਂ ਨਹੀਂ ਤੇ ਇਸ ਕਰਕੇ ਅਸੀਂ ਇਹਨੂੰ ਪਰਮਨੈਂਟ ਸਟਾਕ ਰਜਿਸਟਰ ਵੀ ਕਹਿ ਸਕਦੇ ਹਾਂ ਥਿਸ ਰਜਿਸਟਰ ਕੰਟੇਨਸ ਓਨਲੀ ਦੋਸ ਆਰਟੀਕਲਸ ਵਿਚ ਆਰ ਨਾਟ ਲਾਇਬਲ ਟੂ ਬੀ ਕੰਜ਼ਿਊਮਡ ਔਰ ਬ੍ਰੋਕਨ ਲਾਈਕ ਟਰਾਊਸ ਟੈਸਟ ਟਿਊਬ ਰੈਕਸ ਮੈਗਨੇਟਸ ਵੂਡਨ ਸਟੈਂਡਸ ਆਇਰਨ ਸਟੈਂਡ ਐਕਸੈਕਟਰਾ ਮੀਨਸ ਇਹ ਚੀਜ਼ਾਂ ਨੇ ਨਾ ਟੁੱਟਣ ਵਾਲੀਆਂ ਨੇ ਤੇ ਨਾ ਹੀ ਖਤਮ ਹੋਣ ਵਾਲੀਆਂ ਨੇ ਤੇ ਨਾ ਖਰਾਬ ਹੋਣ ਵਾਲੀਆਂ ਨੇ ਸਮ ਆਰਟੀਕਲਸ ਲਾਈਕ ਲੈਂਚ ਥਰਮੋਮੀਟਰ ਐਮੀਟਰ ਵੋਲਟਮੀਟਰ ਆਰ ਆਲਸੋ ਐਂਟਰਡ ਇਨ ਥਿਸ ਰਜਿਸਟਰ ਐਸ ਦੇ ਆਰ ਕਨਸੀਡਰਡ ਨਾਨ ਕੰਜ਼ਿਊਮੇਬਲ ਕਿਉਂਕਿ ਅਸੀਂ ਇਹਨਾਂ ਨੂੰ ਇੱਕ ਵਾਰ ਯੂਜ਼ ਕਰਦੇ ਹਾਂ ਤੇ ਫਿਰ ਐਜ਼ ਇਟ ਇਜ਼ ਇਹ ਦੁਬਾਰਾ ਯੂਜ਼ ਹੋ ਜਾਂਦੇ ਨੇ ਆਲਸੋ ਇਨ ਦਿਸ ਰਜਿਸਟਰ 1 ਕੈਨ ਐਂਟਰ ਦਾ ਵਰਕਿੰਗ ਐਂਡ ਨਾਨ ਵਰਕਿੰਗ ਮਾਡਲਸ ਹੁਣ ਜਿਹੜੇ ਕੋਈ ਵਰਕਿੰਗ ਤੇ ਨਾਨ ਵਰਕਿੰਗ ਮਾਡਲ ਹੁੰਦੇ ਨੇ ਚਾਰਟਸ ਹੁੰਦੇ ਨੇ ਕੈਮਰਾਸ ਮਾਈਕਰੋਸਕੋਪਸ ਟੈਲੀਸਕੋਪਸ ਇਹਨਾਂ ਸਾਰੀ ਚੀਜ਼ਾਂ ਨੂੰ ਵੀ ਅਸੀਂ ਇਸ ਰਜਿਸਟਰ ਤੇ ਐਡ ਕਰ ਸਕਦੇ ਆ ਸੈਕੰਡ ਸਟਾਕ ਰਜਿਸਟਰ ਫਾਰ ਬ੍ਰੇਕੇਬਲ ਆਰਟੀਕਲਸ ਉਹ ਚੀਜ਼ਾਂ ਜਿਹੜੀਆਂ ਕਿ ਟੁੱਟ ਜਾਂਦੀਆਂ ਨੇ ਦ ਰਜਿਸਟਰ ਇਨਕਲੂਡ ਦ ਆਰਟੀਕਲਸ ਆਫ ਗਲਾਸਵੇਅਰ ਐਂਡ ਅਦਰ ਆਈਟਮਸ ਲਾਇਬਲ ਟੂ ਬੀ ਬ੍ਰੋਕਨ ਈਜ਼ੀਲੀ ਫਾਰ ਐਗਜ਼ਾਮਪਲ ਬੀਕਰ ਫਿਊਨਲਸ ਐਂਡ ਪਾਈਪਸ ਐਟਸੈਕਟਰਾ ਹੁਣ ਇਹ ਚੀਜ਼ਾਂ ਕੀ ਨੇ ਟੁੱਟਣ ਵਾਲੀਆਂ ਨੇ ਹੁਣ ਇਹਨਾਂ ਦੇ ਲਈ ਕਿਸ ਤਰ੍ਹਾਂ ਦਾ ਰਜਿਸਟਰ ਬਣਾਉਣਾ ਸਪੈਸੀਮੈਨ ਦੇਖ ਰਹੇ ਹੋ ਤੁਸੀਂ ਮੀਨਸ ਜਿਹਨੂੰ ਤੁਸੀਂ ਕਹਿੰਦੇ ਵੀ ਜੇ ਤੁਸੀਂ ਪਰਚੇਸ ਕਰਨਾ ਤਾਂ ਕੋਈ ਚੀਜ਼ ਦਿਖਾਓਗੇ ਨਾ ਸੈਂਪਲ ਸਪੈਸੀਮੈਨ ਆਫ ਸਟਾਕ ਰਜਿਸਟਰ ਫਾਰ ਬ੍ਰੇਕਿੰਗ ਆਰਟੀਕਲਸ ਹੁਣ ਇੱਥੇ ਕੀ ਕਰਨਾ ਹੈ ਡੇਟ ਡਿਟੇਲਸ ਆਫ ਬ੍ਰੋਕਨ ਆਈਟਮਸ ਜਿਹੜੀਆਂ ਆਈਟਮਸ ਟੁੱਟ ਗਈਆਂ ਤੇ ਡੇਟ ਪਾਉਂਗੇ ਜਦੋਂ ਟੁੱਟੀ ਹੈ ਸਿਗਨੇਚਰ ਆਫ ਸਟੂਡੈਂਟ ਜੇ ਜਿਹੜੀ ਕੋਈ ਵੀ ਚੀਜ਼ ਸਟੂਡੈਂਟ ਤੋਂ ਟੁੱਟਦੀ ਹੈ ਫਿਰ ਇਹ ਚੀਜ਼ ਕਿਵੇਂ ਟੁੱਟੀ ਹੈ ਹਾਊ ਦਾ ਬ੍ਰੇਕੇਜ ਟੁਕ ਪਲੇਸ ਥੈਨ ਸਿਗਨੇਚਰ ਆਫ ਦਾ ਸਾਇੰਸ ਟੀਚਰ ਥੈਨ ਸਿਗਨੇਚਰ ਆਫ ਹੈਡ ਆਫ ਦਾ ਇੰਸਟੀਟਿਊਸ਼ਨ ਇਹ ਰਜਿਸਟਰ ਇਸ ਤਰੀਕੇ ਨਾਲ ਤਿਆਰ ਹੁੰਦਾ ਹੈ ਨਾਉ ਸਟਾਕ ਰਜਿਸਟਰ ਫਾਰ ਕੰਜ਼ਿਊਮੇਬਲ ਆਰਟੀਕਲਸ ਹੁਣ ਜਿਹੜੀਆਂ ਆਰਟੀਕਲਸ ਜਾਂ ਜਿਹੜੀਆਂ ਚੀਜ਼ਾਂ ਨੇ ਕੰਜ਼ਿਊਮ ਹੋ ਜਾਂਦੀਆਂ ਨੇ ਮੀਨਸ ਵਰਤ ਲਈ ਜਾਂਦੀਆਂ ਨੇ ਕੈਮੀਕल्स ਐਂਡ ਅਦਰ ਫਲੂਇਡਸ ਸਲਾਇਬਲ ਟੂ ਬੀ ਕੰਜ਼ਿਊਮਡ ਲਾਈਕ ਡਿਸਟਿਲਡ ਵਾਟਰ ਕਾਪਰ ਸਲਫੇਟ ਮੈਗਨੀਸ਼ੀਅਮ ਵਾਇਰ ਸਲਫਰਿਕ ਐਸਿਡ ਇਕਸਟਰਾ ਆਰ ਐਂਟਰਡ ਇਨ ਥਿਸ ਰਜਿਸਟਰ ਹੁਣ ਤੁਸੀਂ ਇਹ ਜਿਹੜਾ ਸਪੈਸਿਮਨ ਆ ਉਹ ਦੇਖ ਰਹੇ ਹੋ ਸਪੈਸਿਮਨ ਆਫ ਸਟਾਕ ਰਜਿਸਟਰ ਫॉर ਕੰਜ਼ਿਊਮੇਬਲ ਆਰਟੀਕਲਸ ਹੁਣ ਇਹਦੇ ਵਿੱਚ ਆਰਟੀਕਲ ਕੀ ਆਰਟੀਕਲਸ ਸੀ ਉਹ ਲਿਖਣਾ ਹੈ ਫਿਰ ਮੰਥ ਐਂਡ ਡੇਟ ਤੇ ਫਿਰ ਪਾਰਟਿਕੁਲਰਸ ਲਿਖਨੇ ਨੇ ਰਿਸੀਪਟ ਕੁਆਂਟੀਟੀ ਐਂਡ ਰੇਟ ਕੰਜ਼ੂਮਡ ਫਿਰ ਬੈਲੈਂਸ ਲਿਖਣਾ ਕੁਆਂਟੀਟੀ ਡੇਟ ਦੈਨ ਰਿਮਾਰਕਸ ਨਾਉ ਹੈ ਆਰਡਰ ਰਜਿਸਟਰ ਇਟ ਵਿਲ ਇਨਕਲੂਡ ਦਾ ਰਿਕਾਰਡ ਆਫ ਦਾ ਆਰਡਰ ਸੈਂਟ ਫਾਰ ਦਾ ਪਰਚੇਸ ਆਫ ਨਿਊ ਪਾਰਟਸ ਕਿ ਜਿਹੜੇ ਸੀ ਨਵੇਂ ਜਿਹੜੇ ਸਮਾਨ ਜਾਂ ਜਿਹੜੀਆਂ ਵਸਤੂਆਂ ਖਰੀਦਣੀਆਂ ਨੇ ਦਾ ਐਂਟਰੀ ਸ਼ੁੱਡ ਇਨਕਲੂਡ ਸੀਰੀਅਲ ਨੰਬਰ ਐਂਡ ਡੇਟ ਆਫ ਆਰਡਰ ਨੇਮ ਆਫ ਕੰਪਨੀ ਦਾ ਆਰਟੀਕਲਸ ਆਰਡਰ ਆਰਟੀਕਲਸ ਰੀਸੀਵਡ ਕੋਸਟ ਆਫ ਈਚ ਆਈਟਮ ਟੋਟਲ ਕੋਸਟ ਇਕਸੈਟਰਾ ਹੁਣ ਇਸ ਜਿਹੜਾ ਆਰਡਰ ਰਜਿਸਟਰ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਸ਼ਾਮਿਲ ਹੋਣੀਆਂ ਚੀਜ਼ ਕਿੱਥੋਂ ਖਰੀਦੀ ਕਿੰਨੇ ਦੀ ਖਰੀਦੀ ਕਿੰਨੀ ਕੁਆਂਟੀਟੀ ਦੇ ਵਿੱਚ ਲੈਣੀ ਹੈ ਉਸ ਤਰੀਕੇ ਨਾਲ ਸਾਰਿਆਂ ਦੇ ਵਿੱਚ ਆਰਡਰ ਕੀਤਾ ਜਾਂਦਾ ਇਟ ਇਜ਼ ਅ ਗੁੱਡ ਪ੍ਰੈਕਟਿਸ ਟੂ ਸਟੈਪਲ ਦ ਕਾਰਬਨ ਕਾਪੀ ਆਫ ਦ ਆਰਡਰ ਔਨ ਦ ਲੈਫਟ ਹੈਂਡ ਪੇਜ ਹੁਣ ਇਹਦੇ ਵਿੱਚ ਅਸੀਂ ਜਿਹੜਾ ਆਰਡਰ ਕੀਤਾ ਹੈ ਉਹੋ ਅਧਿਕਾਰਨ ਕਾਪੀ ਉੱਥੇ ਪੇਸਟ ਕਰ ਸਕਦੇ ਨੇ ਤਾਂ ਜੋ ਜਦੋਂ ਅਸੀਂ ਸਮਾਨ ਮੰਗਵਾਵਾਂਗੇ ਉਹ ਅਸੀਂ ਉਹਦੇ ਨਾਲ ਮੈਚ ਕਰ ਸਕੇ ਕਿ ਜਿਹੜਾ ਸਮਾਨ ਅਸੀਂ ਮੰਗਵਾਇਆ ਸੀ ਕਿ ਉਹਨਾਂ ਸਾਡੇ ਕੋਲ ਪ੍ਰੋਪਰ ਆ ਚੁੱਕਿਆ ਜਾਂ ਨਹੀਂ ਆ ਚੁੱਕਿਆ ਕਿਉਂਕਿ ਜਿਹੜਾ ਆਰਡਰ ਹੁੰਦਾ ਹੈ ਉਹਨੂੰ ਹੈਡਮਾਸਟਰ ਦੇ ਵੱਲੋਂ ਸਕੂਲ ਦੇ ਪ੍ਰਿੰਸੀਪਲ ਵੱਲੋਂ ਪਰਮਿਸ਼ਨ ਦਿੱਤੀ ਜਾਂਦੀ ਹੈ ਕਿ ਤੁਸੀਂ ਇਹ ਚੀਜ਼ਾਂ ਮੰਗਵਾ ਸਕਦੇ ਹੋ ਇਸ ਕਰਕੇ ਫਿਰ ਉਹਦੇ ਨਾਲ ਉਹਨੂੰ ਮੈਚ ਕਰਨਾ ਜ਼ਰੂਰੀ ਹੋ ਜਾਂਦਾ ਹੈ and the copy of vouchers filed on the right hand page of the register now requirement register requirement matlab ke sanu kee di kee di requirement hai the teacher may feel the absence of particular article at the time of demonstration or in practical class so it is more suitable to write the ideas in a requirement register at the time of placing the order this register should be consulted if possible in this registered name of the supplier and an indication of the price should also be mentioned so that while placing order priority should be looked upon hun jehde requirement register hai is vich jehdi vi cheez assi ne mangbawani hai te naal naal assi kitthon mangawani te kinni kodi price ho sakdi hai ode according itthe mention karna zaruri hunda now we will ਡਿਸਕਸ ਹਾਊ ਟੂ ਮੇਕ ਦਾ ਪ੍ਰੋਪਰ ਯੂਜ਼ ਆਫ ਸਟਾਕ ਰਜਿਸਟਰ ਜਿਹੜੇ ਸਟਾਕ ਰਜਿਸਟਰ ਨੇ ਉਹਨਾਂ ਨੂੰ ਅਸੀਂ ਪ੍ਰੋਪਰ ਉਹਨਾਂ ਦਾ ਯੂਜ਼ ਕਿਵੇਂ ਕਰ ਸਕਦੇ ਆ ਆਲ ਦਾ ਪੇजेस ਆਫ ਐਵਰੀ ਸਟਾਕ ਰਜਿਸਟਰ ਸ਼ੁੱਡ ਬੀ ਨੰਬਰਡ ਜਿਹੜੀ ਨੰਬਰਿੰਗ ਉਹ ਕੀਤੀ ਹੋਣੀ ਜ਼ਰੂਰੀ ਹੈ ਜਿਵੇਂ ਕਿ 1 ਤੋਂ ਲੈ ਕੇ ਜਿੰਨੇ ਵੀ ਉਹਦੇ ਪੇजेस ਨੇ ਐਂਡ ਤੱਕ ਤੇ ਫਿਰ ਉਹਦੇ ਚ ਸਟਾਰਟਿੰਗ ਦੇ ਵਿੱਚ ਇਹ ਮੈਂਸ਼ਨ ਕੀਤਾ ਜਾਣਾ ਜ਼ਰੂਰੀ ਹੁੰਦਾ ਹੈ ਕਿ ਦਿਸ ਰਜਿਸਟਰ ਹੈਜ਼ ਕੰਟੇਨਡ ਜੋ ਪੇजेस ਉਹਦੇ ਹੁੰਦੇ ਆ ਮੀਨਸ 35 ਪੇजेस 60 ਪੇजेस 75 ਪੇजेस ਜਿੰਨੇ ਵੀ ਹੋਣਗੇ ਆਲ ਦਾ ਆਊਟਰ ਕਵਰ ਆਫ ਈਚ ਰਜਿਸਟਰ ਦਾ ਫਾਲੋਇੰਗ ਪਾਰਟਿਕੂਲਰ ਸ਼ੁੱਡ ਬੀ ਰਿਟਨ ਹੁਣ ਕੀ ਲਿਖਣਾ ਉਹਦੇ ਵਿੱਚ ਤੇ ਨੇਮ ਆਫ ਦਾ ਸਕੂਲ ਤਾਂ ਜੋ ਪਹਿਲਾਂ ਹੀ ਪਤਾ ਲੱਗ ਸਕੇ ਕਿ ਇਹ ਕਿਹਦੇ ਵਾਸਤੇ ਰਜਿਸਟਰ ਹੈ ਤੇ ਕਿੰਨਾ ਦਾ ਰਜਿਸਟਰ ਹੈ ਨੇਮ ਆਫ ਦਾ ਰਜਿਸਟਰ ਨੰਬਰ ਆਫ ਦਾ ਵੋਲਿਊਮ ਆਫ ਦਾ ਰਜਿਸਟਰ ਟੋਟਲ ਨੰਬਰ ਆਫ ਪੇजेस ਡੇਟਸ ਔਨ ਵਿਚ ਇਟ ਵਾਸ ਓਪਨਡ ਐਂਡ ਕਲੋਜ਼ਡ ਮੀਨਜ਼ ਜਦੋਂ ਇਹਨੂੰ ਸਟਾਰਟ ਕੀਤਾ ਗਿਆ ਤੇ ਜਦੋਂ ਇਹਦਾ ਐਂਡ ਹੋਇਆ ਰਜਿਸਟਰ ਦਾ ਦਾ ਸਟਾਕ ਰਜਿਸਟਰ ਸ਼ੁੱਡ ਬੀ ਡਿਵਾਈਡਡ ਇਨਟੂ ਅ ਨੰਬਰ ਆਫ ਪੋਰਸ਼ਨਸ ਅੰਡਰ ਵੇਰੀਅਸ ਹੈਡਿੰਗਸ ਲਾਈਕ ਹੀਟ ਇਲੈਕਟ੍ਰਿਸਿਟੀ ਮੈਗਨੈਟਿਜ਼ਮ ਲਾਈਟ ਐਕਸੈਕਟਰਾ ਮੀਨਜ਼ ਅਸੀਂ ਇਹਨੂੰ ਕਾਲਮਸ ਦੇ ਵਿੱਚ ਡਿਵਾਈਡ ਕਰਨਾ ਤੇ ਉਹਦੇ ਅਕੋਰਡਿੰਗ ਉਹਨਾਂ ਹੀ ਕਾਲਮਸ ਨੂੰ ਫਿਲ ਕਰਨਾ ਹੈ ਐਂਟਰੀਜ਼ ਇਨ ਈਚ ਪੋਰਸ਼ਨ ਸ਼ੁੱਡ ਬੀ ਮੇਡ ਅਲਫਾਬੈਟਿਕਲੀ ਤੇ ਜਿਹੜੀ ਐਂਟਰੀਜ਼ ਨੇ ਉਹ ਕਿਸ ਤਰ੍ਹਾਂ ਕਰਨੀਆਂ ਨੇ ਉਹਦੇ ਵਿੱਚ ਅਲਫਾਬੈਟਿਕਲੀ ਦਾ ਫਰਸਟ ਫਿਊ ਪੇजेस ਆਫ ਦਾ ਰਜਿਸਟਰ ਸ਼ੁੱਡ ਬੀ left blank for index which will help in tracing any article without waste of time ਮੀਨਜ ਜਿਵੇਂ ਅਸੀਂ ਕਹਿੰਦੇ ਆ ਇੰਡੈਕਸ ਬੁੱਕ ਦੇ ਉੱਪਰ ਬਣਿਆ ਹੁੰਦਾ ਜਦੋਂ ਅਸੀਂ ਦੇਖੋ ਕੋਈ ਵੀ ਟੌਪਿਕ ਲੱਭਦੇ ਆ ਤਾਂ ਸਾਨੂੰ ਪਤਾ ਲੱਗ ਜਾਂਦਾ ਕਿ ਕਿੰਨੇ ਪੇਜ ਨੰਬਰ ਦੇ ਉੱਪਰ ਹੈ ਉਸੇ ਤਰੀਕੇ ਨਾਲ ਜਿਹੜੇ ਇਹ ਸਟਾਕ ਰਜਿਸਟਰ ਨੇ ਉਹਦੇ ਉੱਪਰ ਵੀ ਜਿਹੜਾ ਇੰਡੈਕਸ ਹੈ ਉਹ ਬਣਾਇਆ ਜਾਣਾ ਚਾਹੀਦਾ ਹੈ ਸਫੀਸ਼ੀਐਂਟ ਸਪੇਸ must be left between the entries to facilitate additions in their proper places te jehdi space ho gayi sufficient honi chahiye taan jehdi entries ne oh eh na hove ke assi bahut akhar vich vich karke likh rahe haan ya chhota chhota karke likh rahe haan te baad de vich samajh na lage ke eh ki likhya si next is breaking uh, sorry breakers and items consumed should be entered in the column provided in the stock register hun stock register de vich jehde column ਅ ਬ੍ਰੇਕ ਜਿਹੜੀਆਂ ਬ੍ਰੇਕੇਬਲ ਥਿੰਗਸ ਨੇ ਤੇ ਕੰਜ਼ਿਊਮਡ ਨੇ ਉਹਨਾਂ ਦੇ ਲਈ ਬਣੇ ਹੋਏ ਨੇ ਉੱਥੇ ਉਹਨਾਂ ਨੂੰ ਐਂਟਰ ਕਰਨਾ ਜ਼ਰੂਰੀ ਹੈ ਦਾ ਸਟਾਕ ਰਜਿਸਟਰ ਸ਼ੁੱਡ ਬੀ ਇਨੀਸ਼ੀਏਟਡ ਬਾਈ ਦਾ ਟੀਚਰ ਇਨਚਾਰਜ ਹੁਣ ਇਹਨੂੰ ਕਿਹਨੇ ਰੈਡੀ ਕਰਨਾ ਹੈ ਜਿਹੜਾ ਟੀਚਰ ਇਨਚਾਰਜ ਹੈ ਕਲਾਸ ਇਨਚਾਰਜ ਕਹਿ ਲਓ ਜਾਂ ਉਹ ਸਾਇੰਸ ਲੈਬ ਦਾ ਇਨਚਾਰਜ ਹੈ ਐਂਡ ਹੈਡ ਆਫ ਦਾ ਇੰਸਟੀਟਿਊਸ਼ਨ ਐਟ ਦਾ ਐਂਡ ਆਫ ਦਾ ਅਕੈਡੈਮਿਕ ইয়ার ਤੇ ਜਿਹੜਾ ਐਂਡ ਦੇ ਜੋ ਸਕੂਲ ਦਾ ਹੈੱਡ ਹੈ ਤੇ ਉਹਨੇ ਉਸ ਚੀਜ਼ ਨੂੰ ਸਾਰੇ ਨੂੰ ਵੈਰੀਫਾਈ ਕਰਨਾ ਹੁੰਦਾ ਹੈ ਡੀਅਰ ਸਟੂਡੈਂਟਸ ਇਸ ਵੀਡੀਓ ਦੇ ਵਿੱਚ ਇਨਾ ਹੀ ਥੈਂਕਸ ਫॉर ਵਾਚਿੰਗ